ਅਸਰ ਦੱਸੋ ਕੀ ਮਾਮਲਾ ਹੈ ਜਿਹੜਾ ਪਰਦੇ ਤੋਂ ਕਿੰਨੀਆਂ ਗੋਲੀਆਂ ਬਰਾਮਦ ਹੋਈਆਂ ਨੇ ਕਿੱਥੋਂ ਰਹਿਣ ਵਾਲਾ ਅੱਜ ਤੱਕ ਮੇਰਾ ਪ੍ਰਾਣਾ ਗਾ ਰਹੇ ਸੀ। ਹਾਂਜੀ, ਮਾਣਯੋਗ SSP ਸਾਹਿਬ ਪਟਿਆਲਾ ਸ਼੍ਰੀ ਬਿਕਰਮਜੀਤ ਦੁੱਗਲ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਮਾੜੇ ਅਨਸਰਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਹੋਈ ਹੈ ਪਟਿਆਲਾ ਪੁਲਿਸ ਨੇ, ਉਸ ਦੀ ਲੜੀ ਦੇ ਤਹਿਤ ਅਸੀਂ ਕੱਲ ਦੌਰਾਨੇ ਗਸ਼ਤ ਅਸੀਂ ਇੱਕ ਵਿਅਕਤੀ ਹਰੀਸ਼ ਕੁਮਾਰ ਉਰਫ ਵਿੱਕੀ ਅਸੀਂ ਗੋਲੀਆਂ ਅਤੇ ਕੈਪਸੂਲਾਂ ਦੇ ਨਸ਼ੀਲੇ ਗੋਲੀਆਂ ਕੈਪਸੂਲਾਂ ਦੇ ਸਮੇਤ ਅਸੀਂ ਕਾਬੂ ਕੀਤਾ, ਜਿਸ ਤੋਂ ਦੌਰਾਨੇ ਤਲਾਸ਼ੀ ਸਾਨੂੰ ਟੋਟਲ 8,700 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਹੋਈਆਂ ਨੇ, ਜਿਸ ਦੇ ਵਿੱਚ 1,000 ਕੈਪਸੂਲ ਆ ਅਤੇ 7,700 ਨਸ਼ੀਲੀਆਂ ਗੋਲੀਆਂ। ਕਿੱਥੋਂ ਲੈਂਦਾ, ਕਿੱਥੇ ਵੇਚਦਾ ਸੀ ਜਾਂ ਪਹਿਲੀ ਵਾਰ ਕਿਸੇ ਪਹਿਲੇ ਵੀ ਵੇਚਦਾ ਰਿਹਾ? ਇਹਦਾ ਅਸੀਂ ਇਹ ਥਾਣਾ ਅਨਾਜ ਮੰਡੀ ਦਾ ਰਹਿਣ ਵਾਲਾ ਅਤੇ ਇਹਦਾ ਅਸੀਂ ਪ੍ਰੋਪਰ ਇਹਦਾ ਰਿਕਾਰਡ ਚੈੱਕ ਕਰ ਰਹੇ ਹਾਂ, ਬੈਕਗਰਾਊਂਡ ਜੋ ਵੀ ਇਹਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਹੈ, ਅਤੇ ਇਹਨੂੰ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ, ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਕਿੱਥੋਂ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲੈ ਕੇ ਆਉਂਦਾ ਅਤੇ ਕਿੰਨਾ ਕਿੰਨਾ ਨੂੰ ਇਹ ਵੇਚਦਾ। ਕਿੱਥੋਂ ਮਤਲਬ ਵਹੀਕਲ ਕੀ ਯੂਜ਼ ਕਰਦਾ ਸੀ, ਕਿਵੇਂ ਬਰਾਮਦ? ਅਸੀਂ ਇਹਨੂੰ ਮੋਟਰਸਾਈਕਲ 'ਤੇ ਅਸੀਂ ਇਹਨੂੰ ਕਾਬੂ ਕੀਤਾ। ਕਿੰਨੇ ਬੰਦੇ? ਹਾਂਜੀ, ਕਿੰਨੇ ਵਿਅਕਤੀ ਹੈ? ਇਹ ਇੱਕ ਵਿਅਕਤੀ ਹੈ ਜੀ, ਹਰੀਸ਼ ਕੁਮਾਰ ਉਰਫ ਵਿੱਕੀ। ਕੋਈ ਪਹਿਲੇ ਵੀ ਪਰਚਾ ਹੈਗਾ? ਉਹ ਇਹਦਾ ਰਿਕਾਰਡ ਲੈ ਰਹੇ ਹਾਂ ਇਹਦੇ ਸੰਬੰਧ ਥਾਣੇ 'ਤੇ।